कन्न ढेसी वासियो, सब तो पहले तो वाहिगुरु जी का खालसा वाहिगुरु जी की फतेह। चोणा दे माहौल दे विच, चोणा दे संबंध विच आपां अज गलबात कर रहे हैं। गलबात जिहड़ी कर रहे हैं आपां कि एक पासे ਉਹ ਕਾਰਪੋਰੇਟ ਘਰਾਣਿਆਂ ਦੇ ਲੋਕ, ਕਾਰਪੋਰੇਟ ਘਰਾਣਿਆਂ ਦੇ ਆਗੂ, ਕਾਰਪੋਰੇਟ ਘਰਾਣਿਆਂ ਦੀਆਂ ਪਾਰਟੀਆਂ ਖੜੀਆਂ ਹੋਈਆਂ, ਅਤੇ ਦੂਸਰੇ ਪਾਸੇ ਆਪਣੇ ਲੋਕਾਂ ਦਾ, ਮਜ਼ਦੂਰਾਂ ਦਾ, ਕਿਸਾਨਾਂ ਦਾ, ਨੌਜਵਾਨਾਂ ਦਾ, ਦੁਕਾਨਦਾਰਾਂ ਦਾ ਮੋਰਚਾ, ਜਿਹੜਾ ਮੋਰਚਾ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਾ ਕੇ ਲੜ ਕੇ ਆਇਆ, ਸੰਘਰਸ਼ ਕਰਕੇ ਆਇਆ ਔਰ ਬੜੇ ਮਾਣ ਦੇ ਨਾਲ ਜਿੱਤ ਕੇ ਆਇਆ, ਅਤੇ ਉਸ ਫਾਸ਼ੀਵਾਦੀ ਸਰਕਾਰ ਨੂੰ ਝੁਕਾ ਕੇ ਆਇਆ ਜਿਹੜੀ ਕਹਿੰਦੀ ਮੈਂ ਝੁਕਣਾ ਨਹੀਂ ਸੀ ਜਾਣ ਦੀ, ਮੈਂ ਕੋਈ ਪਾਸ ਕਰ ਦੇਵਾਂ ਕਾਨੂੰਨ, ਮੈਂ ਰੱਦ ਨਹੀਂ ਕਰ ਸਕਦਾ, ਪਰ ਆਪਾਂ ਉਹਨੂੰ ਰੱਦ ਵੀ ਕਰਵਾਇਆ ਜਿਹੜੀ ਕਹਿੰਦੀ ਸਰਕਾਰ ਝੁਕ ਨਹੀਂ ਸਕਦੀ, ਅਸੀਂ ਉਹਨੂੰ ਝੁਕਾ ਕੇ ਵੀ ਆਏ ਹਾਂ। ਅਤੇ ਸੱਚ ਜਾਣਿਓ ਅੱਜ ਉਸ ਜਿੱਤ ਨੇ ਸਾਡੀ ਨੇ ਸਾਡੇ ਪੰਜਾਬੀਆਂ ਦਾ ਨਾਮ ਦੁਬਾਰਾ ਸੰਸਾਰ ਦੇ ਵਿੱਚ ਮਾਣ ਨਾਲ ਲੈਣ ਵਾਲਾ ਕਰਤਾ, ਕਿਉਂਕਿ ਪਿਛਲੇ ਸਮੇਂ 'ਚ ਇਹਨਾਂ ਹਾਕਮ ਸਰਕਾਰਾਂ ਨੇ ਸਾਡੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਸਿੱਟਿਆ ਅਤੇ ਮੁੜ ਕੇ ਫਿਲਮਾਂ ਬਣਾਤੀਆਂ ਕਿ ਪੰਜਾਬ ਹੁਣ ਉੱਡਦਾ ਹੋ ਗਿਆ, ਨਸ਼ਾ ਪੱਤਾ ਖਾ ਕੇ ਨੌਜਵਾਨ ਉੱਡਣ ਲੱਗ ਪਿਆ, ਹੁਣ ਉੱਡਦਾ ਪੰਜਾਬ ਹੋ ਗਿਆ। ਪਰ ਆਪਾਂ ਉਹ ਲੜਾਈ ਲੜੀ ਔਰ ਜਿੱਤੀ, ਜਿਹਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬੀ ਅੱਜ ਵੀ ਉਸ ਬਹਾਦਰੀ ਨਾਲ, ਅੱਜ ਵੀ ਉਸ ਮਾਣ ਸਤਿਕਾਰ ਨਾਲ ਅਤੇ ਉਸ ਸਿਰੜ ਦੇ ਨਾਲ ਲੜ ਸਕਦੇ ਆ, ਜਿਸ ਬਹਾਦਰੀ ਦੇ ਸਤਿਕਾਰ ਦੇ ਨਾਲ ਪਿਛਲੇ ਸਮਿਆਂ ਤੋਂ ਲੜਦੇ ਆ ਰਹੇ ਆ। ਅਤੇ ਉਹ ਮੋਰਚੇ ਵੱਲੋਂ ਜਿੱਥੋਂ ਕਿਸਾਨਾਂ ਦੀਆਂ ਉਹ 3 ਕਾਲੇ ਕਾਨੂੰਨ ਰੱਦ ਕਰਵਾਏ, ਅਤੇ ਉੱਥੇ ਇੱਕ ਇੱਦਾਂ ਦਾ ਕਾਨੂੰਨ ਜਿਹੜਾ ਸਰਕਾਰ ਨੇ ਪਾਸ ਕੀਤਾ ਸੀ, ਜਿਸ ਕਾਨੂੰਨ ਦੇ ਵਿੱਚ ਇਹ ਗੱਲ ਸਪਸ਼ਟ ਲਿਖੀ ਹੋਈ ਆ ਕਿ ਮਜ਼ਦੂਰ ਜਿਹੜੇ 8 ਘੰਟੇ ਦਿਹਾੜੀ ਕਰਦੇ ਆ, ਅੱਜ ਤੋਂ ਉਹਨਾਂ ਦੀ ਦਿਹਾੜੀ ਜਿਹੜੀ ਆ ਉਹ 12 ਘੰਟੇ ਦੀ ਹੋ ਜਾਣੀ ਆ। ਉਹ 1 ਅਪ੍ਰੈਲ ਤੋਂ ਜਿਹੜਾ ਕਾਨੂੰਨ ਲਾਗੂ ਹੋਣਾ ਸੀ ਸਾਥੀ, ਉਹ 1 ਅਪ੍ਰੈਲ 2021 ਤੋਂ, ਪਰ ਇਹ ਜਿੱਤ ਆ ਕਿਸਾਨਾਂ ਦੇ, ਮਜ਼ਦੂਰਾਂ ਦੇ ਸੰਘਰਸ਼ ਦੀ, ਕਿ ਉਸ ਸੰਘਰਸ਼ ਨੇ ਅੱਜ ਤੱਕ ਉਹ ਕਾਨੂੰਨ ਨੂੰ ਲਾਗੂ ਨਹੀਂ ਹੋਣ ਦਿੱਤਾ ਪੰਜਾਬ ਦੇ ਅੰਦਰ ਜਾਂ ਸਾਡੇ ਦੇਸ਼ ਦੇ ਅੰਦਰ। ਨਹੀਂ ਤਾਂ ਮੋਦੀ 1 ਅਪ੍ਰੈਲ ਤੋਂ ਉਹ ਕਾਨੂੰਨ ਨੂੰ ਲਾਗੂ ਕਰਨਾ ਚਾਹੁੰਦਾ ਸੀ। ਇੱਦਾਂ ਨਹੀਂ ਮੈਂ ਕਹਿ ਰਿਹਾ ਕਿ ਉਹਨੇ ਕਾਨੂੰਨ ਵਾਪਸ ਲੈ ਲਿਆ, ਉਹ ਵੀ ਉਹ 3 ਖੇਤੀ ਕਾਨੂੰਨ ਵਾਪਸ ਲਾਇਆ, ਉਹ ਕਾਨੂੰਨ ਲਾਗੂ ਆ ਅੱਜ ਵੀ, ਉਹ ਜਿਹੜਾ ਆਪਣੀ ਐਗਜ਼ਿਸਟੈਂਸ ਰੱਖਦਾ ਉਹ ਕਾਨੂੰਨ, ਪਰ ਉਹ ਕਾਨੂੰਨ ਨੂੰ ਉਹ ਲਾਗੂ ਨਹੀਂ ਕਰ ਸਕਿਆ ਕਿਉਂਕਿ ਮਜ਼ਦੂਰਾਂ ਅਤੇ ਕਿਸਾਨਾਂ ਦਾ ਇੰਨਾ ਪ੍ਰੈਸ਼ਰ ਸੀ। ਇਸ ਕਰਕੇ ਆਪਾਂ ਜਿੱਦਾਂ ਸਾਥੀਆਂ ਨੇ ਗੱਲ ਕੀਤੀ ਆ, ਕਿਸੇ ਨੂੰ ਆਟੇ ਦਾਲ ਦੀ ਸਕੀਮ ਦੀ ਲਾਤ ਚਲਾ ਕੇ ਕਿਸੇ ਨੂੰ 1000 ਜਾਂ 2000 ਜਾਂ 3000 ਦੇ ਦਾਂਗੇ, ਇੱਦਾਂ ਦੇ ਝੂਠੇ ਵਾਅਦੇ ਕਰਕੇ ਨਹੀਂ। ਆਪਾਂ ਜਿਹੜੇ ਸਾਡੇ ਮੁੱਦੇ ਆ, ਸਾਡਾ ਰੁਜ਼ਗਾਰ ਦਾ ਮੁੱਦਾ, ਸਾਡੀਆਂ ਸਿਹਤ ਸਹੂਲਤਾਂ, ਜਿਹੜੀਆਂ ਅੱਜ ਸਿਹਤ ਸਹੂਲਤਾਂ ਸਰਕਾਰਾਂ ਨੇ ਖਤਮ ਕਰ ਦਿੱਤੀਆਂ, ਸਾਡੇ ਸਰਕਾਰੀ ਪਿੰਡਾਂ ਦੀਆਂ ਡਿਸਪੈਂਸਰੀਆਂ ਹੋਣ, ਸਾਡੇ ਸਰਕਾਰੀ ਹੋਸਪਿਟਲ ਹੋਣ, ਅੱਜ ਤੁਸੀਂ ਦੇਖ ਸਕਦੇ ਹੋ ਉਹਨਾਂ ਵਿੱਚ ਡਾਕਟਰ ਨਹੀਂ, ਅੱਜ ਉਹਨਾਂ ਹੋਸਪਿਟਲਾਂ ਦੇ ਅੰਦਰ, ਡਿਸਪੈਂਸਰੀਆਂ ਅੰਦਰ ਚੰਗੀਆਂ ਦਵਾਈਆਂ ਨਹੀਂ, ਚੰਗੀਆਂ ਉਹ ਇਨਫਰਾਸਟ੍ਰਕਚਰ ਨਹੀਂ ਜਿੱਥੋਂ ਚੰਗਾ ਜਿਹੜਾ ਇਲਾਜ ਮਿਲ ਸਕੇ। ਪਰ ਦੂਸਰੇ ਪਾਸੇ ਪ੍ਰਾਈਵੇਟ ਹੋਸਪਿਟਲਾਂ ਦੀ ਘਾਟ ਕੋਈ ਨਹੀਂ, ਜਿੱਥੇ ਹਜ਼ਾਰਾਂ ਦੇ ਹਿਸਾਬ ਦੇ ਨਾਲ, ਲੱਖਾਂ ਦੇ ਹਿਸਾਬ ਦੇ ਨਾਲ ਜਿਹੜਾ ਉੱਥੋਂ ਦੇ ਇਲਾਜ ਦਾ ਖਰਚਾ ਆਉਣਾ, ਉਹਨਾਂ ਦੀ ਘਾਟ ਕੋਈ ਨਹੀਂ। ਪਰ ਜਿੱਥੋਂ ਮਜ਼ਦੂਰਾਂ ਅਤੇ ਕਿਸਾਨਾਂ ਦੇ, ਗਰੀਬ ਲੋਕਾਂ ਨੂੰ ਸਸਤਾ ਇਲਾਜ ਮਿਲਣਾ, ਅੱਜ ਜਿਹੜੇ ਉਹ ਖਤਮ ਹੋਣ ਕਿਨਾਰੇ ਪਏ ਆ। ਸਾਡੇ ਬੱਚਿਆਂ ਦੀ ਐਜੂਕੇਸ਼ਨ, ਆ ਤੁਸੀਂ ਦੇਖਿਆ ਪਿਛਲੇ ਦਿਨੀ ਕਿ ਸਰਕਾਰ ਨੇ ਕੋਰੋਨਾ ਦੇ ਨਾਂ ਦੇ ਉੱਪਰ ਸਾਡੇ ਬੱਚਿਆਂ ਕੋਲੋਂ ਲਗਭਗ ਐਜੂਕੇਸ਼ਨ ਖੋਲ੍ਹੀ, ਖਤਮ ਕਰ ਦਿੱਤੀ। ਇੱਕ ਬਹਾਨਾ ਜਿਹਾ ਰੱਖਿਆ ਵੀ ਅਸੀਂ ਔਨਲਾਈਨ ਸਟੱਡੀ ਕਰਾਉਂਦੇ ਹਾਂ। ਉਹ ਔਨਲਾਈਨ ਸਟੱਡੀ ਕਿੱਦਾਂ ਦੀ ਹੁੰਦੀ ਆ, ਅਸੀਂ ਤੁਸੀਂ ਸਾਰੇ ਜਾਣਦੇ, 1.5-2 ਸਾਲ ਅਸੀਂ ਬੱਚਿਆਂ ਨੂੰ ਕਰਵਾ ਕੇ ਦੇਖ ਲਈ, ਜਿਹੜਾ ਬੱਚਿਆਂ ਦਾ ਪੜ੍ਹਾਈ ਦੇ ਨਾਲੋਂ ਰਾਬਤਾ ਟੁੱਟਾ ਸੀ। ਸਰਕਾਰ ਇੱਥੋਂ ਦੇ ਹਾਕਮ ਚਾਹੁੰਦੇ ਸੀ ਕਿ ਇੱਥੋਂ ਦੇ ਬੱਚੇ ਪੜ੍ਹ ਨਾ ਜਾਣ, ਇਸੇ ਕਰਕੇ ਕੋਰੋਨਾ ਦੇ ਨਾਂ 'ਤੇ ਸਾਡੇ ਸਕੂਲ ਬੰਦ ਕੀਤੇ ਸੀ। ਆਪਣੀਆਂ ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ ਜਥੇਬੰਦੀਆਂ ਨੇ 7 ਤਰੀਕ ਨੂੰ ਧਰਨਾ ਲਾਇਆ ਔਰ ਸਕੂਲ ਜਿਹੜੇ ਆ ਦੁਬਾਰਾ ਜਿਹੜੇ ਖੁਲਵਾਏ ਆ। ਇਹ ਜਿਹੜੀ ਸਾਡੇ ਮਜ਼ਦੂਰਾਂ ਦੇ, ਕਿਸਾਨਾਂ ਦੇ ਏਕਤੇ ਦੀ ਜਿੱਤ ਆ। ਅਤੇ ਇਸ ਕਰਕੇ ਅਸੀਂ ਉਸ ਐਜੂਕੇਸ਼ਨ ਨੂੰ, ਜਿਹੜੀ ਐਜੂਕੇਸ਼ਨ ਸਾਡੀ ਅੱਜ ਵਪਾਰੀਕਰਨ ਕੀਤਾ ਜਾ ਰਿਹਾ, ਜਿਹੜੀ ਕਾਰਪੋਰੇਟ ਘਰਾਣੇ ਨੂੰ, ਲਵਲੀ ਵਰਗੀਆਂ ਯੂਨੀਵਰਸਿਟੀਆਂ ਨੂੰ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਐਜੂਕੇਸ਼ਨ ਦਾ ਵਪਾਰ ਕਰੋ, ਤੁਸੀਂ 1000 ਦੀ ਜਗ੍ਹਾ 5000 ਲਓ, 5000 ਦੀ ਜਗ੍ਹਾ 50000 ਫੀਸ ਲਓ, ਤੁਹਾਡੇ 'ਤੇ ਰੋਕ ਕੋਈ ਨਹੀਂ,
आ जिहड़े उह कारपोरेट घराने साडियां विद्यार्थियां दी लुट कर रहे आ। इस करके आपां जिहड़े मोर्चे वल्लों एक मैनीफेस्टो लैके आए, एक करारनामा लैके आए आ कि जिस दिन मोर्चे की सरकार बनेगी उस दिन आपां इस एजुकेशन नूं जिहड़ा व्यापारीकरण नहीं होण देवांगे। पंजाब दे जिन्ने भी बच्चे होणगे जिथों तक भी पढ़ना चाहणगे सारे नूं बराबर ते इक सार दी एजुकेशन दित्ती जाऊगी, मयारी एजुकेशन दित्ती जाऊगी। किसी नूं जात दे नां ते धर्म दे नां ते किसी नूं वांझा नहीं रखिया जाऊगा एजुकेशन तों। रुजगार का सवाल आ कि सरकार अपने आप मूँह कह रही आ भी 65 लाख नौजवान आ पंजाब दे जिन्हां कोल रुजगार कोई नहीं, जिन्हां कोल काम कोई नहीं। उस 65 लाख नौजवानों अज जिहड़ी सरकार है साडी रुजगार देने तों हथ खड़े कर गई। साथीओ आ पिछले दिन चन्नी ने बड़ा प्रचार किया कि मैं 111 दिनों दे विच मैं 1100 दिनों का काम कर दिता, पर असी कहना चाहते हाँ उन्हें 111 दिनों के अंदर लगभग 11 साल तो झूठ बोल के गया साढ़े नाल। जिन्ना झूठ कोई मंत्री कोई MLA कोई मुख्यमंत्री 11 साल बोल सकता उन्हें 111 दिनों के बोल के दिखाता। रोज़ ही झूठा बयान, रोज़ ही झूठे प्रचार करके साडे ही खजाने दे विचों लखां करोड़ां रुपये इस चीज़ के एडवरटाइजमेंट के लाते कि मैं 36,000 लोगों को रुजगार देता। हुण असीं तुसीं सारे सियाणे हो, पंजाब के अंदर जे 36,000 लोगों को रुजगार दिता हुंदा अज हर पिंड के अंदर जिहड़ा 3 नौजवानों नूं सरकारी नौकरी मिली होनी सीगी। तुसीं देख लो भी कन्न ढेसियां दे उह किहड़े भागां वाले नौजवान आ जिन्हां नूं 111 दिन अंदर कोई सरकारी नौकरी मिली होवे, जबकि जिन्हां लोगों नूं नौकरी दी आस सी, जिन्हां नूं आस सीगी कि पंजाब पुलिस की भर्ती खुलूगी सानू उत्थे नौकरी मिलेगी सानू रुजगार मिलेगा, करोड़ां रुपये साढ़े नौजवानों के साथी कहते दसते सी भी 60 करोड़ रुपया जिहड़ा फार्मा की भर्ती ते लै लिया वी असीं जिहड़ी पुलिस की भर्ती कर देनी आ, पर एक भी जिहड़ा नौजवान आ जो पुलिस की भर्ती दे विच किसे नूं भर्ती नहीं किया, उल्टा साढ़े ही लोगों के पैसों के टैक्सा दिते हुए टैक्सा चो इस चीज़ के प्रचार से करोड़ों रुपये वो चन्नी खर्च गया। दलित मजदूरों यह गल कही भी मैं तुहाडा 5-5 मरले के प्लाट दे देने, तुसीं सिर्फ एक फार्म एक भर के देना BDPO दफ्तर दे विच, मैं जिहड़ा 5-5 मरले के हफ्ते दे विच प्लाट कट देने। तुसीं जाणदे हो साडे नालों वध कि किद्दां अज पिंडां दे अंदर उस चीज़ के प्रचार लई अज भी गड्डियां घूम रही, किद्दां इस 111 दिनों के अंदर इस चीज़ का प्रचार किया भी मैं दलित आ ते मैं दलितां नूं 5-5 मरले के प्लाट देते। पर तुसीं सारे जाणदे आ पंजाब दा एक भी दलित मजदूर नहीं जिहनूं इस चन्नी ने जिहड़ा 5-5 मरले का प्लाट दिते होण। इस करके आपां उस झूठे वादियां दे खिलाफ एक मुद्दियां दी राजनीति लै के कि पंजाब दे जिहड़े मुद्दे आ असीं उहनां ते लड़ाई लड़ना चाहुंदे आ, जिद्दां सड़कां ते बहि के लड़ाई लड़ रहे आपां, असीं चाहुंदे आ वी इह लड़ाई नूं आपां हुण विधान सभा दे अंदर लड़ीए। आ 1.5 साल असीं लड़ के आए हाँ, एक 733 साथी अपने शहीद करवा के आए हाँ, पर असीं इह नहीं चाहुंदे कि असीं सड़कां ते रहिंदे लड़दे रह जाइए ते साडे ते काले कानून पास करके लागू करन वाले वह बेईमान लोग वह कारपोरेट घराणियां दीआं पिट्ठू पार्टियां दुबारा राज सत्ता दे उपर बहि जाण। इस करके अज अपने कोल मौका आ कि असीं उस जगह दे उपर पहुंचीए, उस विधानसभा च पहुंचीए जिथों यह काले कानून पास हुंदे आ, जिथों यह काले कानूनां दी नींह रखी जांदी आ। अज साडे कोल मौका कि असीं अपनी इक कीमती वोट इस मंजे दे निशान ते, जिहड़ा मंजे दा निशान मजदूरां दा किसानां दा सांझे मोर्चे दा निशान आ, जिस मोर्चे ने दिल्ली दे बार्डरां ते बैठ के लड़ाई लड़ी, जिस मोर्चे ने बच्चों के स्कूलों नूं दुबारा खिलाउण दी लड़ाई लड़ी, जिस मोर्चे ने पंजाबियों के माण ते सन्मान नूं दुनिया के अंदर दुबारा जिहड़ा उह प्रफुल्लित कर दिता, आपां उस मोर्चे वल्लों साथियों लड़ाई लड़ रहे हां, ना कि दूसरियां पार्टियां कोई झूठे लारे 1,000 या 2,000 रुपए का लारा ला के आपां इह वोट नहीं मंग रहे। इस करके आस करदे हां जिद्दां तुसीं दिल्ली के बार्डरां ते बैठियां दा इस मोर्चे दा साथ दिता, किसी चीज़ की कमी नहीं आउण दित्ती, ना धन पक्षों ते ना साथियों पक्षों, तुसीं आउण वाले जिहड़ा इह मोर्चा अपना इहदी भी इसी ढंग दे नाल जिहड़ी सपोर्ट करूंगे ते 20 तरीक नूं अपनी इक कीमती वोट इस मोर्चे नूं इस मंजे दे निशान ते जिहड़ा उह मोहरा ला के कामयाब करूंगे। इस आस दे नाल धन्नवाद करदा और आस करदा कि तुसीं जरूर इस मोर्चे साथ दोगे। वाहिगुरू जी का खालसा, वाहिगुरू जी की फतिह।
किसान मजदूर एकता जिंदाबाद, किसान मजदूर एकता जिंदाबाद, किसानों का जिंदाबाद, दुकानदारों का जिंदाबाद।